ਅੱਜ ਦਾ ਜਿਹੜਾ ਸਾਡਾ ਮੇਨ ਮਕਸਦ ਇੱਥੇ ਆਉਣ ਦਾ ਸੀਗਾ ਉਹ ਇਹ ਸੀਗਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਜਿਸ ਤਰੀਕੇ ਦੇ ਨਾਲ ਉਹ ਜ਼ਮੀਨ ਦੇ ਉੱਤੇ ਉਤਰ ਕੇ ਲੜਾਈ ਲੜ ਰਹੇ ਨੇ, ਚਾਹੇ ਉਹ ਹੜ੍ਹ ਪੀੜਿਤ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚ ਵਾਜਬ ਮੁਆਵਜ਼ੇ ਦੀ ਮੰਗ ਕਰ ਰਹੇ, ਚਾਹੇ ਉਹ ਨਸ਼ੇ ਨਾਲ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਡੇ ਬੱਚੇ ਨੌਜਵਾਨ ਬੱਚੇ ਜਿਹੜੇ ਨੇ ਉਹ ਦਿਨ ਬ ਦਿਨ ਉਹਨਾਂ ਦੀ ਜਿਹੜੀ ਮੌਤ ਦੀ ਦਰ ਹੈ ਉਹ ਵੱਧ ਰਹੀ ਹੈ, ਔਰ ਜਿਸ ਤਰੀਕੇ ਦੇ ਨਾਲ ਨਸ਼ਾ ਧੜੱਲੇ ਦੇ ਨਾਲ ਵਿਕ ਰਿਹਾ, ਡਿਲੀਵਰੀਆਂ ਹੋ ਰਹੀਆਂ ਨੇ, ਹੋਮ ਡਿਲੀਵਰੀ, ਉਹਦੇ ਵਿਰੁੱਧ ਸੰਘਰਸ਼ ਕਰ ਰਹੇ ਨੇ, ਅਤੇ ਉਹਦੇ ਪੈਰਲਲ ਹੀ ਅਸੀਂ ਸੋਸ਼ਲ ਮੀਡੀਆ ਦੇ ਜਿਹੜਾ ਸਾਡਾ ਵਿੰਗ ਹੈ ਪੰਜਾਬ ਦਾ ਉਹਨੂੰ ਵੀ ਜਿਹੜਾ ਪਹਿਲਾਂ ਵੀ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ, ਪਰ ਅਸੀਂ ਚਾਹੁੰਦੇ ਹਾਂ ਕਿ ਹੋਰ ਬਿਹਤਰੀਨ ਉਹਦੇ ਜਿਹੜੇ ਰਿਜ਼ਲਟ ਆਉਣ, ਨਤੀਜੇ ਆਉਣ। ਉਹਦੇ ਲਈ ਅਸੀਂ ਉਹਦੇ ਵਿਸਥਾਰ ਦੇ ਲਈ ਇੱਕ ਪ੍ਰੋਗਰਾਮ ਜਿਹੜਾ ਉਹ ਲਿਖਿਆ ਹੈ ਪ੍ਰਧਾਨ ਜੀ ਨੇ, ਔਰ ਜਿਹਦੀ ਜ਼ਿੰਮੇਵਾਰੀ ਪਠਾਨਕੋਟ ਜ਼ਿਲ੍ਹੇ ਦੀ ਮੈਨੂੰ ਦੇ ਕੇ ਉਹਨਾਂ ਨੇ ਭੇਜਿਆ ਕਿ ਅਸੀਂ ਜਿੰਨੇ ਵੀ ਇੱਥੇ ਸਾਡੇ MLA ਸਾਹਿਬਾਨ ਔਰ ਹਲਕਾ ਇੰਚਾਰਜ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਡਾਇਰੈਕਸ਼ਨਸ ਲੈ ਕੇ ਅਸੀਂ ਜਿਹੜੇ ਆ ਸੋਸ਼ਲ ਮੀਡੀਆ ਦੇ ਆਪਣੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਸਿਪਾਹੀ ਨੇ ਮੇਰੇ ਵਰਗੇ ਜਿੰਨੇ ਵੀ ਜਿਹੜੇ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਲੜਾਈ ਲੜ ਰਹੇ ਨੇ, ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਪਾਰਟੀ ਦੇ ਜਿਹੜੇ ਸਾਡੇ ਕਾਰਕੁਨ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਈਏ, ਤਾਂ ਕਿ ਉਹ ਆਪਣਾ ਪੱਖ, ਪਾਰਟੀ ਦਾ ਪੱਖ ਔਰ ਜਿਹੜਾ ਪਾਰਟੀ ਦੇ ਪ੍ਰਤੀ ਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਜਾਂ ਅਸੀਂ ਕੀ ਜਿਹੜਾ ਪਾਰਟੀ ਬਾਰੇ ਸੋਚਦੇ ਹਾਂ ਜਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਉੱਤੋਂ ਤੱਕ ਪਹੁੰਚਾਉਣ ਲਈ ਉਹ ਯੋਗਦਾਨ ਦੇ ਸਕਣ, ਅਸੀਂ ਔਰ ਅਸੀਂ ਵੀ ਉਹਨਾਂ ਨੂੰ ਜਿਹੜੀ ਹੈ ਪਛਾਣ ਕਰਕੇ ਉਹਨਾਂ ਨੂੰ ਲੱਭ ਕੇ ਅਤੇ ਅਸੀਂ ਉਹਨਾਂ ਨੂੰ ਪਾਰਟੀ ਦੇ ਪਲੈਟਫਾਰਮ 'ਤੇ ਲਿਆ ਕੇ, ਪਾਰਟੀ ਦੀ ਲੀਡਰਸ਼ਿਪ ਦੇ ਸਾਹਮਣੇ ਉਹਨਾਂ ਨੂੰ ਲਿਆ ਕੇ ਰੱਖੀਏ ਕਿ ਕਿਹੜਾ ਕਿਹੜਾ ਸਾਡਾ ਸਿਪਾਹੀ ਹੈ ਜਿਹੜਾ ਉਹ ਜਿੰਨੀ ਜ਼ਮੀਨ ਦੇ ਉੱਤੇ ਲੜਾਈ ਲੜ ਰਿਹਾ ਉਨੀ ਸੋਸ਼ਲ ਮੀਡੀਆ 'ਤੇ ਵੀ ਲੜ ਰਿਹਾ, ਇਸ ਚੀਜ਼ ਦਾ ਇੱਕ ਪੂਰਾ ਇੱਕ ਖਾਕਾ ਤਿਆਰ ਕੀਤਾ। ਅੱਜ ਸਾਡੀ ਪਾਰਟੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਔਰ ਖਾਸ ਤੌਰ ਦੇ ਉੱਤੇ ਸਾਡੇ ਪੰਜਾਬ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ ਨਾਲ ਮੇਰੇ ਛੋਟੇ ਭਰਾ ਕਾਲੂ ਸਾਹਿਬ ਅੱਜ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਸੋਸ਼ਲ ਮੀਡੀਆ ਲਈ ਸਾਡੇ ਹਲਕੇ ਦੇ ਪਠਾਨਕੋਟ, ਸੁਜਾਨਪੁਰ ਅਤੇ ਭੋਆ, ਇਹਦੇ ਵਿੱਚ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ, ਸਿਪਾਹੀ ਨੇ, ਉਹਨਾਂ ਨੂੰ ਲਾਭਵੰਦ ਕਰਨ ਵਾਸਤੇ ਜਿਸ ਤਰ੍ਹਾਂ ਬੱਚੇ ਸੋਸ਼ਲ ਮੀਡੀਆ ਚਲਾ ਰਹੇ ਹੈ, ਟਵਿੱਟਰ ਚਲਾ ਰਹੇ ਹੈ, ਵਟਸਐਪ ਚਲਾ ਰਹੇ ਹੈ, ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਜਾਂ ਕਿਸ ਤਰ੍ਹਾਂ ਸਾਨੂੰ ਸੋਸ਼ਲ ਮੀਡੀਆ ਚਲਾਉਣਾ ਚਾਹੀਦਾ ਹੈ, ਕਿਸ ਤਰ੍ਹਾਂ ਸਾਨੂੰ ਟਵਿੱਟਰ ਚਲਾਉਣਾ ਚਾਹੀਦਾ ਹੈ, ਕਿਸ ਤਰ੍ਹਾਂ ਸਾਨੂੰ ਵਟਸਐਪ ਚਲਾਉਣਾ ਚਾਹੀਦਾ, ਇਹ ਮੇਰੇ ਛੋਟੇ ਭਰਾ ਕਾਲੂ ਸਾਹਿਬ ਆਏ ਨੇ, ਉਹ ਅੱਜ ਪਾਰਟੀ ਦੀ ਮੀਟਿੰਗ ਰੱਖੀ ਸੀ ਵਰਕਰਾਂ ਦੀ, ਉਹ ਇਹਨਾਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਮਝਾਤਾ ਵੀ ਇਸ ਤਰ੍ਹਾਂ ਸੋਸ਼ਲ ਮੀਡੀਆ ਚਲਾਉਣਾ, ਇਸ ਤਰ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਜਿਹੜੀ ਹੈ ਉਹ ਸਾਰੇ ਲੋਕਾਂ 'ਚ ਜਾਣੀ ਚਾਹੀਦੀ ਹੈ, ਖਾਸ ਕਰਕੇ ਜਿਸ ਤਰ੍ਹਾਂ 2024 ਦਾ ਇਲੈਕਸ਼ਨ ਜਿਹੜਾ ਪਾਰਲੀਮੈਂਟ ਦਾ ਆ ਰਿਹਾ, ਇਹਦੇ ਵਿੱਚ ਜਿਹੜਾ ਰੋਲ ਹੈ ਉਹ ਨੌਜਵਾਨਾਂ ਦਾ ਔਰ ਆਪਣੀ ਆਪਣੀ ਪਾਰਟੀ ਦਾ ਜਿਹੜੇ ਵੀ ਕਾਡਲ ਹੈ ਉਹਨਾਂ ਨੂੰ ਸਾਰਿਆਂ ਨੂੰ ਗਾਂ ਲੈ ਕੇ ਚੱਲਣਾ, ਜਿਹੜੇ ਬੱਚੇ ਹੈ ਉਹ ਸੋਸ਼ਲ ਮੀਡੀਆ ਚਲਾਉਣ, ਪਤਾ ਲੱਗੇ ਲੋਕਾਂ ਨੂੰ ਕਿ ਸਾਡੀ ਪਾਰਟੀ ਦੀ ਕੀ ਨੀਤੀ, ਅਗਰ ਸਾਡੀ ਸਰਕਾਰ ਸੈਂਟਰ 'ਚ ਆਉਂਦੀ ਹੈ ਅਸੀਂ ਲੋਕਾਂ ਨੂੰ ਕੀ ਦੇਣਾ ਚਾਹੁੰਦੇ ਹਾਂ, ਅਸੀਂ ਲੋਕਾਂ ਦਾ ਕੀ ਬੈਨੀਫਿਟ ਕਰਨਾ ਚਾਹੁੰਦੇ ਹਾਂ, ਅਸੀਂ ਬੱਚਿਆਂ ਨੂੰ ਕੀ ਦੇਣਾ ਚਾਹੁੰਦੇ ਹਾਂ, ਅਸੀਂ ਦੇਸ਼ ਦਾ ਕੀ ਸਵਾਰਨਾ ਚਾਹੁੰਦੇ ਹਾਂ, ਆਪਾਂ ਸੂਬੇ ਦਾ ਕੀ ਸਵਾਰਨਾ ਚਾਹੁੰਦੇ ਹਾਂ, ਇਹ ਉਹਦੇ ਬਾਰੇ ਅੱਜ ਗਿਆਨ ਦੇਣ ਵਾਸਤੇ ਸਾਰੇ ਵਰਕਰਾਂ ਕੋਲ ਆਏ ਨੇ, ਅਤੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਆਪਣੀ ਕੋਂਸਟੀਚੁਐਂਸੀ ਵੱਲੋਂ ਮੈਂ ਕਾਲੋ ਸਾਹਿਬ ਦਾ ਥੈਂਕਸ ਕਰਦਾ ਔਰ ਆਪਣੀ ਸਾਰੀ ਲੀਡਰਸ਼ਿਪ ਦਾ ਥੈਂਕਸ ਕਰਦਾ, ਬਹੁਤ ਬਹੁਤ ਸਾਰੇ ਥੈਂਕਸ, ਜੈ ਹਿੰਦ।